ਤਰਨਤਾਰਨ ਦੇ ਪਿੰਡ ਸ਼ੇਖ ਚ ਸ਼ਰੇਆਮ ਅਕਾਲੀ ਵਰਕਰ ਖਜਾਨ ਸਿੰਘ ਦੇ ਪਲਾਟ ਤੇ ਚਾਰ ਦੀਵਾਰੀ ਘਰ ਕਬਜ਼ਾ ਕਰ ਲਿਆ ਗਿਆ, ਜਿਸ ਦੌਰਾਨ ਬਲਜੀਤ ਕੌਰ ਨਾਮ ਦੀ ਔਰਤ ਦੀ ਮੌਤ ਹੋ ਗਈ। ਗੱਲਬਾਤ ਇਹ ਕਿ ਆਪਾਂ ਅਕਾਲੀ ਦਲ ਦੇ ਨਾਲ ਜਿਹੜਾ ਵਾ ਸੰਬੰਧਿਤ ਰੱਖਦੇ ਹਾਂ, ਜਿਹੜੀ ਦੂਸਰੀ ਪਾਰਟੀ ਆ ਕਾਂਗਰਸ ਪਾਰਟੀ ਆ, ਉਹ ਉਹਨਾਂ ਦਾ ਜਿਹੜਾ ਸਾਥ ਦਿੰਦੀ ਆ, ਤੇ ਉਹਨਾਂ ਨੂੰ ਉਹਨਾਂ ਨੇ ਥਾਂ ਮਲਪੀ ਬੁਲਾਤਾ। ਜਦੋਂ ਅਸੀਂ ਸਾਡਾ ਕਬਜ਼ਾ ਸੀਗਾ, ਉਹਨਾਂ ਨੇ ਮੁੰਡੇ ਮੰਡੇ ਸੱਦ ਕੇ ਸਾਡੀਆਂ ਕੰਧਾਂ ਕੁੰਧਾਂ ਢਾਤੀਆਂ, ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਜਿਹੜੀ ਆ ਉਹ ਹੈਗੀ ਆ। ਇਹ ਗਏ ਸੀ ਉੱਥੇ, ਇਹਨਾਂ ਨਾਲ ਧੱਕਾ ਮੁੱਕੀ ਕੀਤਾ ਉਹਨਾਂ ਨੇ, ਤੇ ਉਹ ਆਣ ਕੇ ਫਿਰ ਇਹਨਾਂ ਦੀ ਤੇ ਡੈਥ ਹੋ ਗਈ। ਤੁਹਾਡੀ ਕੀ ਲੱਗਦੀ ਤੁਹਾਨੂੰ? ਇਹ ਮੇਰੇ ਮਾਤਾ ਜੀ ਨੇ। ਕੀ ਨਾਂ ਇਹਨਾਂ? ਬਲਜੀਤ ਕੌਰ ਆ। ਤੁਹਾਡੀ ਕੀ ਮੰਗ ਹੈ? ਮੰਗ ਇਹ ਹੀ ਆ ਕਿ ਸਾਡੇ ਤੇ ਜੋ ਬਣਦੀ ਮਤਲਬ ਕਾਰਵਾਈ ਆ ਉਹਨਾਂ ਤੇ, ਵਿਰੋਧੀਆਂ ਤੇ ਕੀਤੀ ਜਾਵੇ, ਤੇ ਜਿਹੜਾ ਕਤਲ ਜਿਹੜਾ ਹੋਇਆ ਵਾ ਇਹਨਾਂ ਦਾ ਮੁਕੱਦਮਾ ਜਿਹੜਾ ਦਰਜ ਕੀਤਾ ਜਾਵੇ। ਉਹ ਕਾਂਗਰਸੀ ਪਾਰਟੀ ਆ, ਤੇ ਗੁਰਸੇਵਕ ਸਿੰਘ ਆ ਜਿਨ੍ਹਾਂ ਨਾਲ ਆਪਣਾ ਝਗੜਾ ਚੱਲਦਾ ਸੀ, ਸਨ ਆਫ ਸਰਦਾਰ ਜਗਿੰਦਰ ਸਿੰਘ, ਗੁਰਮੀਤ ਕੌਰ ਵਾਈਫ ਆਫ ਜਗਿੰਦਰ ਸਿੰਘ, ਆ ਸਾਰੀ ਕਾਂਗਰਸ ਪਾਰਟੀ ਜਿੰਨੇ ਵੀ ਮੈਂ ਆਪਣੇ ਪਿੰਡ ਦੇ ਨਾਮ ਜਗਿੰਦਰ ਸਿੰਘ ਸਰਪੰਚ ਆ, ਉਹ ਸਾਰੇ ਮਤਲਬ ਕਿ ਉਹਨਾਂ ਦੇ ਨਾਲ ਜਿਹੜੀ ਪਾਰਟੀ ਆ ਉਹ ਸਾਰੇ ਉਹਨਾਂ ਦਾ ਸਾਥ ਦੇ ਰਹੇ ਆ। ਜਿੱਥੇ ਵੀ ਜਾਈਦਾ ਵਾ ਫੋਨ ਲਾ ਦਿੰਦੇ ਆ ਜੀ, ਉਹ ਕੱਲ ਗਏ ਆ, ਕੱਟੜ ਕੱਲ ਗਏ, ਅਸੀਂ ਕਾਂਗਰਸੀ ਆ, ਸਾਡਾ ਕੰਮ ਹੋਣਾ ਚਾਹੀਦਾ ਵਾ। ਖਜਾਨ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਦੇ ਹੀ ਕਾਂਗਰਸੀ ਲੋਕਾਂ ਨੇ ਬੀਤੇ ਦਿਨੀ ਹਥਿਆਰਾਂ ਦੇ ਬਲ ਤੇ ਪਲਾਟ ਤੇ ਜਬਰੀ ਚਾਰਦੀਵਾਰੀ ਕਰਾ ਕੇ ਕਬਜ਼ਾ ਕਰ ਲਿਆ, ਜਿਸ ਦੌਰਾਨ ਹੋਈ ਧੱਕਾ ਮੁੱਕੀ ਕਾਰਨ ਬਲਜੀਤ ਕੌਰ ਦੀ ਮੌਤ ਹੋ ਗਈ। ਉਧਰ ਪਿੰਡ ਦੇ ਸਰਪੰਚ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਕਤ ਜਗ੍ਹਾ ਖਜਾਨ ਸਿੰਘ ਦੀ ਨਹੀਂ ਹੈ, ਇਹ ਪਲਾਟ ਗੁਰਮੀਤ ਕੌਰ ਨਾਮ ਦੀ ਔਰਤ ਨੂੰ ਕਿਸੇ ਨੇ ਦਾਨ ਦਿੱਤਾ ਸੀ ਅਤੇ ਉਸ ਨੇ ਆਪਣੀ ਜਗ੍ਹਾ ਤੇ ਚਾਰਦੀਵਾਰੀ ਕੀਤੀ ਹੈ। ਮੈਨੂੰ ਇਹ ਗੱਲ ਦਾ ਪਤਾ ਨਹੀਂ, ਕੋਈ ਬੰਦਾ ਆਇਆ ਕਿ ਬੀਤਿਆ ਉਹਨਾਂ ਦਾ ਥਾਂ ਵਾ, ਅਸੀਂ ਪੰਚਾਇਤ ਗਏ ਹਾਂ, ਸੌਂ ਕੇ ਪਿੰਡ ਗਏ ਹਾਂ ਅਸੀਂ ਸਾਰੀ ਪੰਚਾਇਤ, ਉਹਨਾਂ ਮਾਲਕਾਂ ਨੇ ਕਿਹਾ ਵੀ ਥਾਂ ਅਸੀਂ ਲਿਖ ਕੇ ਦਿੱਤਾ ਇਹਨਾਂ ਨੂੰ, ਉਹਨਾਂ ਮਾਲਕਾਂ ਨੇ ਵੀ ਜੇ ਲੋੜ ਪਈ ਤੇ ਅਸੀਂ ਉੱਥੇ ਵੀ ਆ ਕੇ ਕਹਿ ਸਕਦੇ ਹਾਂ, ਅਤੇ ਇਹਨਾਂ ਦਾ ਥਾਂ ਵਾ ਇਹਨਾਂ ਨੂੰ ਦਿੱਤਾ ਦਾਨ ਵਜੋਂ, ਮੁੱਲ ਨਹੀਂ ਦਿੱਤਾ। ਅਤੇ ਲੜਾਈ ਦੀ ਗੱਲ ਕੋਈ ਹੋਈ ਨਹੀਂ, ਮੈਂ ਆਪਦੇ ਪੈਰੀਆਂ ਖੇਤਾਂ ਵਿੱਚ ਖਾਦ ਪਾਉਂਦਾ ਰਿਹਾ ਵਾਂ ਅਤੇ ਕੋਈ ਲੜਾਈ ਨਹੀਂ ਹੋਈ। ਫਿਰ ਇਹ ਆਉਂਦੇ ਵੀ ਕੰਟਰੋਲ ਰੂਮ ਤੋਂ ਫੋਨ ਆਇਆ ਵਾ 100 ਨੰਬਰ ਤੋਂ ASI ਦਾ ਕੁਲਬੀਰ ਸਿੰਘ, ਅਤੇ ਮੈਂ ਇਹਨੂੰ ਕਿਹਾ ਵਾ, ਉਹ ਆਂਦਾ ਵੀ ਲੜਾਈ ਦੇ ਸਾਰ ਆ, ਮੈਂ ਕੋਈ ਲੜਾਈ ਦੀ ਕੋਈ ਗੱਲ ਹੀ ਨਹੀਂ, ਉਹਨਾਂ ਮਿਸਤਰੀ ਲਾਏ ਆ ਤੇ ਕੰਧ ਉਹ ਆਪਦੀ ਕਰਨ ਡਿਆ ਆ। ਨਾ ਜਨਾਨੀ ਧੱਕੇ ਮੁੱਕੀ, ਇਹਨਾਂ ਦਾ ਪਰਿਵਾਰ ਦਾ ਕੋਈ ਜੀ ਨਹੀਂ ਹੈਗਾ ਖਜਾਨ ਸਿੰਘ, ਨਾ ਕੋਈ ਜਨਾਨੀ ਆਈ ਬਲਜੀਤ ਕੌਰ ਜੀ ਦੀ ਡੈਥ ਹੋਈ ਆ, ਕੋਈ ਨਹੀਂ ਇੱਥੇ ਆਈ ਸਾਹਮਣੇ ਆਏ। ਜਦੋਂ ਬਾਅਦ ਦੇ ਵਿੱਚ ਕੁਲਬੀਰ ਸਿੰਘ ਅਤੇ ਭਜਨ ਸਿੰਘ ਸੁਭਾਜਪੁਰ ਵਾਲੇ ਆਏ ਜਾਇਦਾ, ਅਤੇ ਉਹ ਆਉਂਦੇ ਵੀ ਮੈਂ ਵੇਖ ਲਓ ਉਹਨਾਂ ਨੂੰ ਡੱਕ ਦਿਓ ਵੀ ਵੇਖ ਲਓ ਇਹਨਾਂ ਨੂੰ ਡੱਕਤਾ, ਮੈਂ ਆ ਕੇ ਤੁਹਾਡੇ ਤੋਂ, ਤੁਸੀਂ ਤੁਹਾਡਾ ਫੋਨ ਆਇਆ, ਤੁਸੀਂ ਭਿੱਖੀ ਵਹਿੰਦੇ ਹੋ ਕੁਲਬੀਰ ਸਿੰਘ ASI, ਅਤੇ ਉਹ ਭਿੱਖੀ ਵਹਿੰਦੇ ਰਹਿੰਦੇ ਅਸੀਂ ਇੱਥੋਂ ਚੱਲ ਪਏ ਹਾਂ, ਅਤੇ ਤੂੰ ਲੜਾਈ ਨਾ। ਮੈਂ ਲੜਾਈ ਦੀ ਗੱਲ ਨਹੀਂ, ਮੈਂ ਆਪਦੀ ਖਾਦ ਖਿਲਾਉਣ ਪਿਆ ਪੈਲੀਆਂ ਦੇ ਵਿੱਚ ਮੁੰਡੇ ਦੇ ਨਾਲ ਬੱਚੇ ਨਾਲ। ਕੰਪਲੇਂਟ ਆਈ ਸੀਗੀ ਕਿ ਕਿਸੇ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ, ਬਟ ਉਹਨੂੰ ਪਤਾ ਕੀਤਾ ਇੱਥੇ ਆ ਕੇ ਮੁਕਤਸਰ ਦਾ ਇੱਕ ਬੰਦਾ, ਉਹਦੀ ਕੋਈ ਜੱਦੀ ਪੁਸ਼ਤੀ ਜਗ੍ਹਾ ਸੀ, ਉਹ ਗਾਂ ਕਿਸੇ ਨੂੰ ਵੇਚ ਗਿਆ, ਇਹ ਕਹਿੰਦੇ ਸਾਡਾ ਕਬਜ਼ਾ ਸੀਗਾ, ਉਹਨੇ ਕੱਲ੍ਹ ਕੰਧ ਕਰ ਦਿੱਤੀ। ਬਸ ਇਹੀ ਆ ਕਿ ਉਹ ਚੱਲ ਵੀ ਉਹ ਬੰਦਾ ਮਿਲਿਆ ਨਹੀਂ ਸਾਨੂੰ, ਉਹ ਕਹਿੰਦਾ ਭਾਈ ਇਸੇ ਕਰਕੇ ਰੇਡ ਕਰਨ ਆਇਆ ਸੀ ਪਿੰਡ, ਮੈਨੂੰ ਮਿਲਿਆ। ਉਹ ਕਹਿੰਦੇ ਤੂੰ ਸਿਆਸੀ ਸ਼ਾਇਦ ਕੰਮ ਨਹੀਂ ਕਰ ਰਹੀ। ਬਿਲਕੁਲ ਝੂਠਾ, ਬੇਬੁਨਿਆਦ। ਹਾਕਮ ਪਾਰਟੀ ਤੇ ਹਮੇਸ਼ਾ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਾਏ ਜਾਂਦੇ ਨੇ, ਪਰ ਇਹ ਵਿਸ਼ਾ ਜਾਂਚ ਦਾ ਆਇਆ ਤੇ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਵਜ੍ਹਾ ਕੀ ਹੈ। ਤਰਨਤਾਰਨ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।